दो सकी भरा अपनिया ही भैणा दे नाल अजिही करतूत किंज कर सकते ने। अजिहे ही लोग हुंदे ने जो खून दे रिश्तियां नूं तार तार करदे ने, शर्मसार करदे ने। दरअसल यह चार सके भैन भरा ने, दो भैणा अते दो भरा। एक भैन जिहड़ी है वह व्याही हुई सी अते उसदी 6 महीनिया की कुड़ी है जिसका कि हुण डिवोर्स हो चुकिया अते एक भैन ने व्याह ही नहीं करवाया। इन्हां दोवां भरावां ने अपनिया ही भैणां तों अजिही मंग कीती अते जदों भैणां ना मन्नियां तां इन्हां ने रिश्तियां दीआं सारीआं हद्दां नूं पार कर दित्ता। पूरा मामला दसांगे, पहला सुनो आप पूरी वीडियो। परमजीत कौर की गल लगी, किथे ने तुसीं? पिंड मालों माजरे च रहिंदे। की गल लगी जी? ये जमीन दा चलदा सी साडा, जमीन दा केस जित्ते मैं 7वें महीने दी 28 तरीक है। ਪਹਿਲਾਂ ਤਾਂ ਇਹਨਾਂ ਨੇ ਗੱਡੀ ਦੀ ਪੇਟ ਮਰਾ ਕੇ ਬਚ ਗਿਆ ਸੀ। ਹੁਣ ਰਾਤ ਨੂੰ 2:30 ਵਜੇ ਖੁਦ ਆਪ ਗੋਲੀ ਲੈ ਕੇ ਮੇਰਾ ਭਰਾ ਦਲਵਿੰਦਰ, ਮੈਂ 4-5 ਮੇਰੀ ਭੈਣ ਦੇ ਮਾਰੀਆਂ, ਤੂੰ ਮੇਰੇ ਮਾਰ ਗਿਆ ਤਾਂ ਮੈਂ ਉਹਦੇ ਚੱਕ ਕੇ ਬਣੀ ਚ। ਉਹਦੀ ਜ਼ਮੀਨ ਵੀ ਮੇਰੇ ਨਾਂ ਲਵਾਓ, ਮੇਰਾ ਫਾਦਰ ਨੂੰ ਸਾਹਮਣਾ 25-25 ਕਿੱਲੇ ਇਹਨਾਂ ਨੂੰ ਦੇ ਗਿਆ, 4-4 ਕਿੱਲੇ ਸਾਨੂੰ ਦੇ ਗਿਆ। ਮੇਰਾ ਵਿਆਹ ਨਹੀਂ ਹੋਇਆ ਹੈ, ਮੇਰੀ ਭੈਣ ਦਾ ਤਲਾਕ ਹੋਇਆ ਹੈ, ਜਦੋਂ ਗੁੜੀਆ ਸਾਡੀ 6 ਮਹੀਨਿਆਂ ਸੀ, 6 ਸਾਲ ਦੀ। ਅਤੇ ਇੱਕ ਜ਼ਮੀਨ ਮੰਗਦੇ ਅਸੀਂ ਮਨਾ ਕਰਤਾ ਵੀ ਅਸੀਂ ਰੋਟੀ ਕਿੱਥੋਂ ਖਾਵਾਂਗੇ। ਉਹਨੇ ਪਹਿਲਾਂ ਐਕਸੀਡੈਂਟ ਕਰਾਇਆ, ਉਹ ਮਾਰਨ ਦੀ ਕੋਸ਼ਿਸ਼ ਕੀਤੀ, ਅਸੀਂ ਬਚ ਗਏ। ਅਤੇ ਹੁਣ ਰਾਤ ਨੂੰ 2:30 ਵਜੇ ਰਿਵੋਲਵਰ ਲੈ ਕੇ ਆ ਗਿਆ ਜੀ, ਉਹਨੇ 5-4 ਮਾਰੀਆਂ, ਮੈਂ ਥੋੜ੍ਹੀ ਜਿਹੀ ਉੱਠ 'ਚ ਹੋ ਗਈ, ਮੇਰੇ 2 ਲੱਗੀਆਂ, ਫਿਰ ਭੱਜ ਗਿਆ ਜੀ। ਦਰਅਸਲ ਇਹ ਮਾਮਲਾ ਜ਼ਮੀਨੀ ਵਿਵਾਦ ਦਾ ਹੈ। ਦੋਵੇਂ ਭੈਣਾਂ ਦਾ ਵਿਆਹ ਨਾ ਹੋਣ ਕਰਕੇ ਪਿਓ ਨੇ 4-4 ਕਿੱਲੇ ਦੋਵਾਂ ਭੈਣਾਂ ਦੇ ਨਾਮ ਕਰਾ ਦਿੱਤੇ ਅਤੇ ਆਪਣੇ ਦੋਵਾਂ ਪੁੱਤਾਂ ਦੇ ਨਾਮ 25-25 ਕਿੱਲੇ ਕਰਵਾ ਦਿੱਤੇ ਅਤੇ ਜਿਸ ਤੋਂ ਬਾਅਦ ਇਹ ਜ਼ਮੀਨੀ ਵਿਵਾਦ ਬਣ ਗਿਆ। ਦੋਵੇਂ ਸਕੇ ਭਰਾ ਆਪਣੀਆਂ ਹੀ ਭੈਣਾਂ ਤੋਂ ਜ਼ਮੀਨ ਦੀ ਮੰਗ ਕਰਨ ਲੱਗ ਪਏ ਅਤੇ ਜਦੋਂ ਭੈਣਾਂ ਨਾ ਮੰਨੀਆਂ ਤਾਂ ਭਰਾਵਾਂ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ 'ਤੇ ਗੋਲੀਆਂ ਚਲਵਾ ਦਿੱਤੀਆਂ। ਦੋਵੇਂ ਭੈਣਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾਵਾਂ ਨੇ ਉਹਨਾਂ 'ਤੇ ਪਹਿਲਾਂ ਵੀ ਕਈ ਹਮਲੇ ਕਰਵਾਏ ਨੇ। ਤੁਹਾਡਾ ਕੀ ਨਾਮ ਹੈ ਜੀ? ਜਸਵੀਰ ਕੌਰ। ਕਿਹੜੀ ਜਗ੍ਹਾ ਰਹਿੰਦੇ ਹੋ? ਮੱਲੋਵਾਲ ਵਿੱਚ। ਕੀ ਗੱਲ ਹੈ ਤੁਸੀਂ ਉਹਨੇ ਨਾਲ ਕੀ ਕੇਸ ਹੈ ਨਾ ਮੈਟਰ? ਮੈਂ ਤਾਂ ਇਹਨੇ ਜਦ ਬੋਲ ਜਾਵਾਂ ਕਿ ਨਾ ਕਿ ਇੱਕ ਤਾਂ ਗਵਾਂਢੀਆਂ ਨੇ ਫੋਨ ਕੀਤਾ ਵੀ ਉਹਦੇ ਗੋਲੀਆਂ ਮਾਰ ਗੱਡੀ ਲੈ ਕੇ ਆਓ, ਅਸ ਤਾਂ ਗੱਡੀ ਲੈ ਗਈ ਵੀ ਇਹਨਾਂ ਨੂੰ ਲੈ ਕੇ ਆਏ। ਕਿਹਨੇ ਗੋਲੀ ਮਾਰੀ ਹੈ, ਕਦੋਂ ਮਾਰੀ ਹੈ? ਉਹ ਤਾਂ ਇਹਦਾ ਭਰਾ ਹੈ, ਕਹਿੰਦੀ ਇਹਦਾ ਭਰਾ ਸਾਡਾ ਸਾਡੇ ਭਰਾ ਹੈ, ਇਹਨਾਂ ਨੂੰ ਕਿਹਦੇ ਮਾਰੀ? ਕਿਉਂ ਮਾਰੀ ਕਾਰਨ? ਉਹ ਇਹਨਾਂ ਦੇ ਫਾਦਰ ਨੇ ਜ਼ਮੀਨ ਦਾ ਸੀਗਾ, ਫਾਦਰ ਦਾ ਮਦਰ ਵੀ ਤਾਂ ਡੈਥ ਹੋ ਗਈ ਹੋਗਾ, ਅਤੇ ਫਾਦਰ ਜਿਹੜਾ ਸੀ 25-25 ਕਿੱਲੇ ਦਾ ਮੁੰਡਿਆਂ ਨੂੰ ਜ਼ਮੀਨ ਦੇ ਗਿਆ ਅਤੇ 4-4 ਕਿੱਲੇ ਇਹਨਾਂ ਨੂੰ ਦੇ ਤੇ, ਅਤੇ ਇਹਨਾਂ ਇਹਦਾ ਤਾਂ ਵਿਆਹ ਹੀ ਨਹੀਂ ਹੋਇਆ, ਬੱਡੀ ਦਾ ਤਾਂ ਛੋਟੀ ਦਾ ਵਿਆਹ ਹੋਇਆ ਸੀ, ਉਹ ਡਿਵੋਰਸ ਕਰ ਲਿਆ, ਡਿਵੋਰਸ ਮੁੰਡਾ ਵੀ ਆਇਆ ਸੀ ਬਾਹਰ ਵਿਚਲੀ ਤੋਂ, ਉਹ ਫਰੋਡ ਨਾਲ ਵਿਆਹ ਕਰਕੇ ਲੈ ਗਿਆ ਗਿਆ, ਅਤੇ ਉਹ ਇਹ ਚਾਹੁੰਦੇ ਆ ਕਿ ਸਾਨੂੰ ਜ਼ਮੀਨ ਦਿੱਤੀ ਜਾਵੇ, ਤੁਸੀਂ ਨਾ ਲਓ ਜ਼ਮੀਨ, ਜਿਹੜੀ ਜ਼ਮੀਨ ਸਾਡਾ ਬਾਪ ਦੇ ਗਿਆ ਉਹ ਤੁਹਾਡਾ ਕੋਈ ਹੱਕ ਨਹੀਂ ਗਾ, ਉਹ ਸਾਡੇ ਨਾਂ ਕਰਾਈ ਜਾਵੇ। ਇਹਨਾਂ 'ਤੇ ਇਹ ਵੀ ਕਹਿਤਾ ਸੀ ਕੁੜੀਆਂ ਨੇ ਕਿ ਜਿੰਨਾ ਚਿਰ ਅਸੀਂ ਜੀਂਦੀਆਂ ਆ ਉਨਾ ਚਿਰ ਅਸੀਂ ਵਾਹਾਂ ਬੀਜਾਂਗੇ, ਅਤੇ ਬਾਅਦ ਵਿੱਚ ਤੁਹਾਡੇ ਮੁੰਡਿਆਂ ਨਾਲ ਵਸੀਤ ਕਰ ਦੇਵਾਂਗੇ, ਵਸੀਤ ਕਹਿੰਦੇ ਹੁਣੇ ਕਰਾ ਲਓ, ਪਰ ਉਹ ਵੀ ਕਹਿੰਦੇ ਬੰਦੇ ਨਹੀਂ ਕਹਿੰਦੇ। ਪੁਲਿਸ ਕੰਪਲੇਂਟ ਕਰਾਈ ਸੀ? ਇਹਨਾਂ ਦਾ ਪਹਿਲਾਂ ਵੀ ਕੇਸ ਕੀਤਾ, ਕਈ ਚਿਰ ਦਾ ਚੱਲਦਾ, ਪਹਿਲਾਂ ਚੱਲਦੇ ਆ, ਪੁਲਿਸ ਵਾਲਿਆਂ ਨੂੰ ਪਤਾ ਆ। ਸੁਣਵਾਈ ਨਹੀਂ ਹੋ ਰਹੀ? ਪੁਲਿਸ ਨਹੀਂ ਸੁਣਵਾਈ। ਕਿਸ ਤਰ੍ਹਾਂ ਦੇ ਕੋਈ ਥਾਣੇ ਪਹਿਲਾਂ ਵੀ ਕੰਪਲੇਂਟ ਕਰਾਈ ਤੁਸੀਂ? ਬਹੁਤ ਕੰਪਲੇਂਟਾਂ ਕਰਾਈਆਂ ਹੋਈਆਂ ਨੇ, ਮੈਨੇ ਮੇਰਾ ਹੌਸਲਾ ਵੀ ਜਮ੍ਹਾਂ ਕਰਾਉਣ ਨੂੰ ਕਿਹਾ, ਪੁਲਿਸ ਮੇਰੀ ਜਮੀ ਸੁਣਵਾਈ ਨਹੀਂ ਚੱਲ ਰਹੀ। ਕਿਹੜਾ ਥਾਣਾ ਪਹਿਲਾਂ ਤੁਹਾਨੂੰ? ਅਸੀਂ ਆ ਥਾਣੇ। ਕੀ ਇਹ ਪੁਲਿਸ ਵਾਲੇ ਕੀ ਕਹਿੰਦੇ ਤੁਹਾਨੂੰ? ਪੁਲਿਸ ਵਾਲੇ ਤਾਂ ਕੁਛ ਨਹੀਂ ਬੋਲਦੇ। ਕਰਨਗੇ ਪ੍ਰੈਸ਼ਰ ਹੈ ਜਾਂ ਕੋਈ ਹੋਰ ਕਰ ਰਿਹਾ? ਪ੍ਰੈਸ਼ਰ ਰਾਜਵਿੰਦਰ ਦੀ ਘਰ ਵਾਲੀ ਦਾ। ਉਹ ਕੋਲ ਆਈ ਐਮਐਲਏ ਰਾਜਵਿੰਦਰ? ਅੱਛਾ, ਰਾਜਿੰਦਰ ਸਰ। ਰਾਜਿੰਦਰ ਕਿਹੜੇ 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 ਸ਼ਹਿਰ ਦੀ ਹੈ ਐਮਐਲਏ? ਠੀਕ ਹੈ ਜੀ। ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਤੁਸੀਂ? ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ? ਸਾਨੂੰ ਹੱਕ ਮਿਲਣਾ, ਸਾਡੀ ਜ਼ਮੀਨ ਨਾ ਜਾਵੇ, ਨਾ ਸਾਨੂੰ ਮਾਰਨ, ਸਾਨੂੰ ਤਾਂ ਮਾਰੇ ਗਿਆ ਰਾਤ ਇੱਕ ਤਾਂ। ਜਿਹੜੇ ਸਾਡੇ ਦੋ ਜਿਹੜੇ ਮੇਰੇ ਦੂਸਰੇ ਸਿਸਟਰ ਆ ਉਹਨਾਂ ਦੀ ਹਾਲਤ ਕਿਵੇਂ ਆ? ਅਰੇ ਬਿਲਕੁਲ ਨਾ ਠੀਕ ਹੈ ਸਰ। ਅਸੀਂ ਇਸ ਵੇਲੇ 5 ਗੋਲੀਆਂ ਖਾਣੀਆਂ, ਕਿਹੜਾ ਸਾਹ ਜੇ 5 ਗੋਲੀਆਂ? ਉਹ ਬੰਦਾ ਕਿੱਥੇ ਜਿਹਨੂੰ ਗੋਲੀ ਮਾਰੀ ਤਾਂ ਭੱਜ ਗਿਆ ਵੀ? ਉਹ ਪੁਲਿਸ ਬਿਆਨ ਲੈ ਲਈ ਹੁੰਦਾ ਕੋਈ? ਲੋ ਪੁਲਿਸ ਬਿਆਨ ਲੈ ਲਈ ਹੁੰਦਾ ਕੋਈ? ਠੀਕ ਹੈ ਨਾ, ਪੁਲਿਸ ਵਾਲੇ ਸਾਰੇ ਬਿਆਨ ਲੈ ਕੇ
ਕਿੰਨਾ ਵਜੇ ਮਾ?